ਬਾਲੀਵੁੱਡ ਦੇ ਵਿੱਚ ਜੇ ਤੁਸੀਂ ਹੌਟ ਟੌਪਿਕਸ ਦੀ ਗੱਲ ਕਰੋ ਤਾਂ ਇਸ ਵਕਤ ਰਣਵੀਰ ਸਿੰਘ ਐਂਡ ਦੀਪਿਕਾ ਪਾਦੂਕੋਨ ਦਾ ਵਿਆਹ ਚਰਚਾ ਦੇ ਵਿੱਚ ਹੈ ਅਤੇ ਸੋਰਸਿਸ ਦੀ ਜੇ ਮੰਨੀ ਜਾਵੇ ਤਾਂ ਰਣਵੀਰ ਸਿੰਘ ਐਂਡ ਦੀਪਿਕਾ ਪਾਦੂਕੋਨ ਇਸ ਸਾਲ ਡਿਸੰਬਰ ਦੇ ਵਿੱਚ ਵਿਆਹ ਕਰਨਗੇ। ਨਾਲ ਹੀ ਸੋਰਸਿਸ ਦਾ ਇਹ ਵੀ ਕਹਿਣਾ ਹੈ ਕਿ ਰਣਵੀਰ ਐਂਡ ਦੀਪਿਕਾ ਪਾਦੂਕੋਨ ਆਪਣੇ ਵਿਆਹ ਦੇ ਲਈ ਕੋਈ ਫੋਰਨ ਡੈਸਟੀਨੇਸ਼ਨ ਲੱਭ ਰਹੇ ਨੇ। ਵੈਲ ਜੀ, ਕੀ ਇਹ ਕਪਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਫੋਰਨ ਡੈਸਟੀਨੇਸ਼ਨ ਤੋਂ ਇੰਸਪਾਇਰ ਨੇ? ਮੇ ਬੀ, ਹੋ ਸਕਦਾ ਹੈ। ਨਾਲ ਹੀ ਸੋਰਸਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਲੈਵਿਸ਼ ਵੈਡਿੰਗ ਤੋਂ ਬਾਅਦ ਇੰਡੀਆ ਦੇ ਵਿੱਚ ਦੋ ਰਿਸੈਪਸ਼ਨ ਹੋਣ ਗਿਆ ਜੀ। ਇਸ ਦੇ ਨਾਲ ਇੱਕ ਹੋਰ ਬਾਲੀਵੁੱਡ ਐਕਟ੍ਰੈਸ ਜਲਦ ਹੀ ਵਿਆਹ ਕਰਨ ਜਾ ਰਹੇ ਨੇ। ਵੈਲ ਜੀ, ਇਹ ਐਕਟ੍ਰੈਸ ਨੇ ਸੋਨਮ ਕਪੂਰ, ਜੋ ਕਿ ਆਪਣੇ ਬੁਆਏਫ੍ਰੈਂਡ ਆਨੰਦ ਅਹੂਜਾ ਦੇ ਨਾਲ ਜਲਦ ਹੀ ਵਿਆਹ ਕਰਨਗੇ। ਨਾਲ ਹੀ ਜੇ ਰਿਪੋਰਟਸ ਦੀ ਮੰਨੀ ਜਾਵੇ ਤਾਂ ਸੋਨਮ ਕਪੂਰ ਅਤੇ ਆਨੰਦ ਅਹੂਜਾ ਨੇ ਆਪਣੇ ਗੈਸਟ ਨੂੰ ਪੇਪਰ ਇਨਵੀਟੇਸ਼ਨ ਭੇਜਣ ਦੀ ਬਜਾਏ ਈ ਇਨਵੀਟੇਸ਼ਨ ਭੇਜੇ ਨੇ, ਜਿਸ ਦੇ ਵਿੱਚ ਦੋ ਪੇਜ ਨੇ, ਜਿਨ੍ਹਾਂ ਵਿੱਚੋਂ ਇੱਕ ਪੇਜ ਗ੍ਰੀਨ ਕਲਰ ਦਾ ਹੈ ਅਤੇ ਦੂਸਰਾ ਬੇਜ ਕਲਰ ਦਾ ਹੈ। ਸੋ ਫਰੈਂਡਸ, ਤੁਹਾਡਾ ਕੀ ਕਹਿਣਾ ਹੈ ਰਣਵੀਰ ਸਿੰਘ ਐਂਡ ਦੀਪਿਕਾ ਪਾਦੂਕੋਨ ਦੀ ਵੈਡਿੰਗ ਡੈਸਟੀਨੇਸ਼ਨ ਬਾਰੇ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਤੇ ਨਾਲ ਹੀ ਸਾਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਵੀ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਸੋਨਮ ਕਪੂਰ ਅਤੇ ਆਨੰਦ ਅਹੂਜਾ ਦੀ ਇਹਨਾਂ ਈ ਇਨਵੀਟੇਸ਼ਨਸ ਬਾਰੇ। ਤੇ ਆਪਣੇ ਫੇਵਰੇਟ ਬਾਲੀਵੁੱਡ ਐਂਡ ਬਾਲੀਵੁੱਡ ਸਟਾਰਸ ਦੀ ਨਿਊਜ਼ ਵੇਖਣ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabru.com ਪੰਜਾਬ ਦਾ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।